ਆਯੁਰਵੈਦਿਕ ਭੰਡਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ। ਹੈਲਥ ਨਾਲ ਜੁੜੀ ਨਵੀਂ ਵੀਡੀਓ ਦੇਖਣ ਲਈ ਆਪਣੇ ਇਸ ਚੈਨਲ ਨੂੰ ਅੱਜ ਹੀ ਫ੍ਰੀ ਦੇ ਵਿੱਚ ਸਬਸਕ੍ਰਾਈਬ ਕਰਿਓ ਅਤੇ ਨਾਲ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਾਇਓ। ਹੈਲੋ ਐਵਰੀਵਨ ਦੋਸਤੋ, ਯਦੀ ਆਪ ਰੋਜ਼ 10 ਦਿਨ ਤੱਕ ਇੱਕ ਗਿਲਾਸ ਅਨਾਰ ਕਾ ਜੂਸ ਪੀਓਗੇ ਤੋ ਆਪ ਇਹ ਜਾਣਕਰ ਹੈਰਾਨ ਰਹਿ ਜਾਓਗੇ ਕਿ ਇਹ ਆਪਕੇ ਸਰੀਰ ਕੇ ਲੀਏ ਕਿਤਨਾ ਅਸਰਦਾਰ ਔਰ ਫਾਇਦੇਮੰਦ ਹੈ। ਵੋ ਆਈਏ ਦੋਸਤੋ, ਜਾਣਤੇ ਹੈ ਇਸਕੇ ਜ਼ਬਰਦਸਤ ਫਾਇਦੋ ਕੇ ਬਾਰੇ ਮੇਂ ਤਥਾ ਸਾਥ ਮੇਂ ਇਸਕੇ ਸਹੀ ਤਰੀਕੇ ਸੇ ਸੇਵਨ ਕੇ ਬਾਰੇ ਮੇਂ। ਸਭਸੇ ਪਹਿਲੇ ਦੋਸਤੋ, ਇਹ ਹਮਾਰੇ ਸਰੀਰ ਮੇਂ ਰੋਗੋਂ ਸੇ ਲੜਨੇ ਕੀ ਸ਼ਮਤਾ ਕੋ ਬੜਾਤਾ ਹੈ। ਜੀ ਹਾਂ, ਬੜੇ ਬੜੇ ਐਕਸਪਰਟ ਵੀ ਹਮੇਂ ਅਨਾਰ ਕੇ ਜੂਸ ਕੋ ਪੀਨੇ ਕੇ ਲੀਏ ਕਹਤੇ ਹੈਂ, ਕਿਉਂਕਿ ਇਹ ਹਮਾਰੇ ਸਰੀਰ ਕੇ ਲੀਏ ਸਵਾਸਥ ਵਰਧਕ ਔਰ ਲਾਭਪ੍ਰਦ ਮਾਨਾ ਗਿਆ ਹੈ। ਜੋ ਐਨੀਮੀਆ ਕੇ ਰੋਗੀ ਹੋਤੇ ਹੈ ਦੋਸਤੋ, ਉਨਕੇ ਲੀਏ ਅਨਾਰ ਕਾ ਜੂਸ ਬਹੁਤ ਹੀ ਫਾਇਦੇਮੰਦ ਮਾਨਾ ਜਾਤਾ ਹੈ, ਕਿਉਂਕਿ ਇਹ ਸਰੀਰ ਮੇਂ ਖੂਨ ਕੀ ਕਮੀ ਕੋ ਦੂਰ ਕਰਕੇ ਸਰੀਰ ਮੇਂ ਖੂਨ ਕੀ ਵ੍ਰਿਧੀ ਕਰਤਾ ਹੈ। ਦੋਸਤੋ, ਹੈਰਾਨੀ ਕੀ ਬਾਤ ਹੋ ਯਾ ਹੈ ਕਿ ਇਸਮੇਂ ਕਈ ਪ੍ਰਕਾਰ ਕੇ ਐਸੇ ਔਸ਼ਧੀ ਕੇ ਰੂਪ ਮੇਂ ਵੀ ਇਸਤੇਮਾਲ ਕੀਆ ਜਾਤਾ ਹੈ ਜੋ ਹਮਾਰੇ ਲੀਏ ਫਾਇਦੇਮੰਦ ਹੈ। ਇਸਮੇਂ ਵਿਟਾਮਿਨ ਏ, ਈ ਔਰ ਸੀ ਕੀ ਮਾਤਰਾ ਪਾਏ ਜਾਣੇ ਪਰ ਯਾ ਮੂੰਹ ਕੀ ਝੁਰਰੀਆਂ ਔਰ ਚਿਹਰੇ ਕੀ ਤਵਚਾ ਕੋ ਯਾ ਕੀਲ ਮੁਆਸੇ ਜੈਸੇ ਦਾਗ ਧੱਬੇ ਜੈਸੀ ਸਮੱਸਿਆ ਕੋ ਯਾ ਦੂਰ ਕਰਤਾ ਹੈ। ਜੀ ਹਾਂ, ਨਿਯਮਿਤ ਰੂਪ ਸੇ ਦੋਸਤੋ, ਨਿਯਮਿਤ ਰੂਪ ਸੇ ਅਨਾਰ ਕਾ ਜੂਸ ਪੀਨੇ ਸੇ ਯਾ ਹਮਾਰੇ ਚਿਹਰੇ ਕੀ ਲਾਲੀ ਕੋ ਬੜਾਤਾ ਹੈ। ਯਦੀ ਆਪ ਰੋਜ਼ ਇੱਕ ਗਲਾਸ ਜੂਸ ਪੀਓਗੇ ਤੋ ਕੁਛ ਹੀ ਦਿਨੋਂ ਬਾਅਦ ਆਪਕੋ ਆਪਣੇ ਸਰੀਰ ਮੇਂ ਫਰਕ ਦੇਖਨੇ ਕੋ ਮਿਲਨੇ ਲਗੇਗਾ। ਦੋਸਤੋ, ਯਦੀ ਆਪਕੋ ਸਰੀਰ ਮੇਂ ਭੂਖ ਲਗਨੇ ਕੀ ਸਮੱਸਿਆ ਬੰਦ ਹੋ ਜਾਏ ਤੋ ਆਪ ਅਨਾਰ ਕੇ ਬੀਜੋਂ ਕਾ ਰਸ ਨਿਕਾਲ ਕਰ ਉਸਮੇਂ ਥੋੜਾ ਸਾ ਸੇਂਦਾ ਨਮਕ ਡਾਲ ਦੇ। ਜੀ ਹਾਂ, ਸਾਥ ਮੇਂ ਥੋੜਾ ਸਾ ਜੀਰਾ ਡਾਲ ਕੇ ਯਦੀ ਆਪ ਇਸ ਜੂਸ ਕੋ ਪੀਓਗੇ ਤੋ ਆਪਕੋ ਭੂਖ ਕਾ ਲਗਨਾ ਸ਼ੁਰੂ ਹੋ ਜਾਏਗਾ। ਇਸਮੇਂ ਪ੍ਰਚੁਰ ਮਾਤਰਾ ਮੇਂ ਪੌਸ਼ਟਿਕ ਤੱਤਵ ਪਾਏ ਜਾਣੇ ਪਰ ਇਹ ਹਮਾਰੇ ਸਰੀਰ ਕੇ ਲੀਏ ਬਹੁਤ ਹੀ ਫਾਇਦੇਮੰਦ ਮਾਨਾ ਜਾਤਾ ਹੈ। ਜੀ ਹਾਂ, ਅਨਾਰ ਕਾ ਜੋ ਜੂਸ ਹੋਤਾ ਦੋਸਤੋ, ਇਹ ਹਮਾਰੇ ਸਰੀਰ ਮੇਂ ਵਿਸ਼ੇਲੇ ਬੈਕਟੀਰੀਆ ਕੋ ਬਾਹਰ ਨਿਕਾਲ ਕਰ ਖੂਨ ਕੀ ਧਮਨੀਓ ਮੇਂ ਤਾਜ਼ਗੀ ਬਣਾਏ ਰੱਖਤਾ ਹੈ। ਇਸਮੇਂ ਫਾਈਬਰ ਕੀ ਮਾਤਰਾ ਪਾਏ ਜਾਣੇ ਪਰ ਇਹ ਪੇਟ ਕੀ ਪਾਚਨ ਕਿਰਿਆ ਕੋ ਸਵਸਥ ਬਣਾਏ ਰੱਖਤਾ ਹੈ, ਜਿਸੇ ਹਮਾਰੇ ਸਰੀਰ ਮੇਂ ਖਾਣਾ ਆਸਾਨੀ ਸੇ ਡਾਈਜੈਸਟ ਹੋਣੇ ਲੱਗਤਾ ਹੈ। ਦੋਸਤੋ, ਕਈ ਵਾਰ ਸਰੀਰ ਮੇਂ ਖਰਾਬ ਕੋਲੈਸਟ੍ਰੋਲ ਜੈਸੀ ਮਾਤਰਾ ਬੜ ਜਾਤੀ ਹੈ, ਲੇਕਿਨ ਅਨਾਰ ਕਾ ਜੂਸ ਖਰਾਬ ਕੋਲੈਸਟ੍ਰੋਲ ਕੀ ਮਾਤਰਾ ਕੋ ਘਟਾ ਕਰ ਹਮਾਰੇ ਦਿਲ ਕੋ ਯਾ ਮਜ਼ਬੂਤ ਬਣਾਤਾ ਹੈ। ਜੀ ਹਾਂ, ਇੱਕ ਅਨਾਰ ਕੇ ਅੰਦਰ, ਜੀ ਹਾਂ ਦੋਸਤੋ, ਇੱਕ ਅਨਾਰ ਕੇ ਅੰਦਰ ਵਿਟਾਮਿਨ ਏ ਕੀ ਮਾਤਰਾ ਪਾਏ ਜਾਣੀ ਪਰ ਇਹ ਹਮਾਰੀ ਆਂਖੋ ਕੀ ਰੋਸ਼ਨੀ ਕੋ ਬੜਾਨੇ ਮੇਂ ਸਹਾਇਕ ਮਾਨਾ ਜਾਤਾ ਹੈ ਤਥਾ ਲੰਬੇ ਸਮੇਂ ਤੱਕ ਹਮਾਰੀ ਆਂਖੇ ਸਵਸਥ ਰਹਿਤੀ ਹੈ। ਹੱਡੀਓ ਕੇ ਰੋਗੋਂ ਮੇਂ ਫਾਇਦੇਮੰਦ ਅਨਾਰ। ਜੀ ਹਾਂ ਦੋਸਤੋ, ਅਨਾਰ ਓਸਟੀਓਪੋਰੋਸਿਸ ਮਰੀਜ਼ ਕੋ ਵੀ ਵਿਸ਼ੇਸ਼ ਤੌਰ ਪਰ ਦਿਆ ਜਾਤਾ ਹੈ, ਕਿਉਂਕਿ ਅਨਾਰ ਕੇ ਰਸ ਮੇਂ ਜੋੜੋਂ ਤਥਾ ਹੱਡੀਓ ਕੇ ਦਰਦ ਸੇ ਰਾਹਤ ਮਿਲਤੀ ਹੈ। ਯਦੀ ਆਪ ਅਨਾਰ ਕੇ ਰਸ ਕੋ 10 ਦਿਨ ਤੱਕ ਪੀਤੇ ਹੋ ਤੋ ਆਪਕੇ ਸਰੀਰ ਮੇਂ ਧੀਰੇ ਧੀਰੇ ਫਰਕ ਦੇਖਨੇ ਕੋ ਮਿਲਨੇ ਲਗੇਗਾ। ਦੋਸਤੋ, ਅਨਾਰ ਕਾ ਜੋ ਰਸ ਹੋਤਾ ਹੈ ਯਹ ਹਮਾਰੇ ਤਵਚਾ ਕੋ ਨਮੀ ਪ੍ਰਦਾਨ ਕਰਨੇ ਮੇਂ ਸਹਾਇਕ ਮਾਨਾ ਜਾਤਾ ਹੈ। ਇਸਸੇ ਚਿਹਰੇ ਕੀ ਝੁਰਰੀਆਂ ਨਹੀਂ ਬਣਤੀ ਹੈ। ਜੀ ਹਾਂ, ਤਥਾ ਚਿਹਰੇ ਮੇਂ ਦਾਗ ਧੱਬੇ ਸਰਕਲ ਸੇ ਵੀ ਇਹ ਬਚਾਤਾ ਹੈ। ਦੋਸਤੋ, ਧਿਆਨ ਰਹੇ ਕਿ ਯਦੀ ਸਰੀਰ ਮੇਂ ਕਿਸੇ ਵੀ ਤਰ੍ਹਾਂ ਕੀ ਕੋਈ ਐਲਰਜੀ ਹੋ ਤੋ ਆਪ ਇਸਕਾ ਸੇਵਨ ਨਾ ਕਰੇ। ਖਾਂਸੀ ਔਰ ਕਬਜ਼ ਸੇ ਪੀੜਿਤ ਵਿਅਕਤੀ ਕੋ ਇਸਕਾ ਸੇਵਨ ਨਹੀਂ ਕਰਨਾ ਚਾਹੀਏ। ਜੀ ਹਾਂ ਦੋਸਤੋ, ਯਦੀ ਆਪ ਇਸਕਾ ਸੇਵਨ ਜ਼ਰੂਰਤ ਕੇ ਹਿਸਾਬ ਸੇ ਲਿਮਿਟ ਮਾਤਰਾ ਮੇਂ ਕਰਤੇ ਹੋ ਤੋ ਇਹ ਆਪਕੀ ਸਿਹਤ ਕੇ ਲੀਏ ਬਹੁਤ ਹੀ ਬੈਨੀਫਿਸ਼ੀਅਲ ਰਹੇਗਾ। ਤੋ ਆਪ ਇਸਕੇ ਫਾਇਦੋਂ ਕੇ ਬਾਰੇ ਮੇਂ ਜਾਣ ਹੀ ਗਏ ਹੋਗੇ। ਲਾਸਟ ਮੇਂ ਨਏ ਫਰੈਂਡਸ ਔਰ ਵਿਊਅਰ ਕੇ ਲਈ ਇੱਕ ਇੰਪੋਰਟੈਂਟ ਬਾਤ ਇਹ ਹੈ ਕਿ ਅਗਰ ਆਪ ਹਰ ਰੋਜ਼ ਹੈਲਥ ਸੇ ਜੁੜੀ ਨਈ ਵੀਡੀਓ ਦੇਖਣਾ ਚਾਹਤੇ ਹੋ ਤੋ ਆਪ ਆਪਣੇ ਇਸ ਚੈਨਲ ਕੋ ਅਭੀ ਸਬਸਕ੍ਰਾਈਬ ਕਰੇਂ ਔਰ ਸਾਥ ਮੇਂ ਬੈਲ ਆਈਕਨ ਬਟਨ ਕੋ ਜ਼ਰੂਰ ਦਬਾਏਂ। ਤੋ ਮਿਲਤੇ ਹੈਂ ਦੋਸਤੋ ਇੱਕ ਹੋਰ ਨਈ ਵੀਡੀਓ ਕੇ ਸਾਥ।